ਡਰ ਨਹੀਂ ਲੱਗਦਾ ਉਹ ਤੇ ਕੋ। ਅਸਲਾਮ ਅਲੈਕੁਮ, ਮੈਂ ਮਲਿਕ ਹਾਮਦ ਤੇ ਤੁਹਾਡੇ ਤੇ ਪੇ YouTube ਚੈਨਲ ਦੇਸੀ ਮੁੰਡਾ। ਅੱਜ ਦਾ ਵਲੌਗ ਬਹੁਤ ਹੀ ਮਜ਼ੇਦਾਰ ਸਿਵਾਲ ਹੈ ਸਾਡੇ ਨਾਲ ਜੋੜੇ ਰਸੋ। ਅੱਜ ਅਸੀਂ ਕਣਕ ਖਾਦ ਪੈਨੇ ਹੁਣ ਖਾਦ ਚੈਨੇ ਦੇ ਵਾਲੀ ਕਣਕ ਪਾਣੀ ਲਾਉਣੇ ਤੁਹਾਨੂੰ ਉਹ ਵੀ ਸ਼ੇਅਰ ਕਰੇ ਸੂ, ਪਾਣੀ ਲੈ ਸੂ ਕੱਲ ਉਹ ਤੁਹਾਨੂੰ ਸ਼ੇਅਰ ਕਰੇ ਸੂ। ਅੱਜ ਦਾ ਵਲੌਗ ਮਜ਼ੇਦਾਰ ਸਿਵਾਲ ਹੈ ਜਿਹੜੇ ਭਾਈ ਨਵਾਂ ਆਏ ਸਾਰੇ ਚੈਨਲ ਦੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਗਿੰਦੇ। ਅੱਜ ਦੀ ਬਹੁਤ ਹੀ ਮਜ਼ੇਦਾਰ ਵੀਡੀਓ ਸ਼ੁਰੂ ਸਿਵਾਲ ਦੀ, ਚਲੋ ਚਲਦੇ ਹਾਂ ਸਾਗਾ। ਵੈਲਕਮ ਬੈਕ ਵੀਵਰ, ਅਸਾਂ ਵਰਜ਼ੀ ਬਦਲਾ ਕੇ ਆ ਗਏ ਹਾਂ ਅਤੇ ਹੁਣ ਅੱਗਾਂ ਤੱਕ ਖਾਦ ਛੱਟੇ ਨੇ ਜਿਵੇਂ ਅਸਾਂ ਝੋਲੀ ਚੀਨੀਆਂ ਦੁਕਾਨ 'ਤੇ ਖਾਦ ਪਈਏ, ਖਾਦ ਚੈਨੇ ਵੱਲ ਖਾਦ ਛੱਟੇ ਨੇ ਅਸੀਂ ਕਣਾਂ ਦੀ ਪਾਉਣੀ ਸਾਰੇ ਨਾਲ ਵੱਲ ਸ਼ੇਅਰ ਕਹਿੰਦੇ ਹਾਂ ਕਿਵੇਂ ਅਸਾਂ ਖਾਦ ਪੈਨੇ ਅਤੇ ਸਾਰੇ ਨਾਲ ਜੁੜੇ ਰਸੋ। ਛੋਰਾਂ ਦਾ ਕੰਮ ਚੈੱਕ ਕਰੋ ਤੁਸੀਂ, ਬਾਕੀ ਛੋੜੋ। ਡਰ ਨਹੀਂ ਲੱਗਦਾ ਉਹ ਤੇ ਕੋ, ਹੱਥ ਹਲਾਓ ਚਾ ਤਾਰੀ, ਹੱਥ ਹਲਾਓ ਚਾ। ਵੈਲਕਮ ਬੈਕ ਵੀਵਰ, ਅਸਾਂ ਹੁਣ ਖਾਦ ਪੈਂਦੇ ਪਿਆ ਤੇ ਹੁਣ ਛਟੇਂਦੇ ਦੇਖੇ ਸਭ ਨੂੰ ਚੈੱਕ ਕਰਾਏ ਇਹ ਦੇਸੀ ਮੁੰਡੇ ਕਿਵੇਂ ਕੰਮ ਕਰਨ ਦੇ ਕਿਵੇਂ ਇਹ ਮਿਹਨਤ ਨਾਲ ਦੇ ਰੰਗ ਲੈਣੇ ਨੇ। ਇਹ ਦੇਖ ਲਓ ਕਣਾਂ ਕੋਲ ਪੀ ਜਾਂਦੀ ਵੀ ਇਹ ਕਣਾਂ ਵੱਡੀ ਸੀਸੀ ਦਾ ਅਸਾਂ ਮਤਲਬ ਕੁਛ ਇਹਦਾ ਚੈਸ ਵੀ ਥੂ। ਚਲੋ ਇਹ ਪਕੜੋ, ਇਹ ਝੋਲੀ ਪਕੜੋ। ਹਾਂ ਦੇਸੀ ਮੁੰਡੇ ਹਮੇਸ਼ਾ ਕੱਲੇ ਹੀ ਪਕੜੇ ਨੇ ਉਹਨੇ। ਖਾਦ ਦੀ ਬੋਰੀ ਜਿਹੀ ਇਹ ਤਾਂ ਇਹ ਪੂਰੀ 3000 ਰੁਪਏ ਦੀ ਇਹਦਾ ਪੀ ਆਈ ਖਾਟ ਨੇ ਕੀਤਾ। ਮਿੰਦਾ ਕਹਿ ਦਰੀ ਯਾਰ ਪੀਆ ਛੋੜੋ ਨਹੀਂ ਨਾ ਛੋੜਾ, ਬਹੁਤ ਜ਼ਿਆਦਾ ਮਹਿੰਗਾਈ ਹੈ। ਇਹ ਖਾਦ ਕਹਿੰਦੇ ਪਏ ਹੁਣ ਛੱਟੇ ਦੇ ਪਿਆ, ਛੱਟੇ ਦਾ ਸਾਗੁਰੀ ਸਾਹਿਬ ਇਹ ਜਾਂ ਰੱਠੀ ਪੀ ਤੇ ਖਾਦ ਨਹੀਂ ਪਾਉਣੀ ਕਿਉਂਕਿ ਬਹੁਤ ਨੁਕਸਾਨ ਕਰੇ ਸੀ। ਜਗ੍ਹਾ ਮਤਲਬ ਫੁੱਲ ਜ਼ੋਰ ਜਾ ਵਜੇ